ਕੁੰਦਲ ਦੇ ਨਾਲ ਨਾਲ ਕਾਫੀ ਹੋਰ ਕਲਾਕਾਰਾਂ ਨੇ ਵੀ ਹਿੱਸਾ ਲਿਆ ਸੀ ਜਿਹਨੂੰ ਕਿ ਕਾਫੀ ਭਰਮਾ ਹੁੰਗਾਰਾ ਮਿਲਿਆ ਸੀ ਉਸ ਟਾਊਨ ਦੇ ਵਿੱਚ। ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਅਜਮੇਰ ਵਰਗੇ ਇੱਕ ਸੁਲਝੇ ਅਤੇ ਅਗਾਂਹ ਵਧੂ ਲੇਖਕ ਅਤੇ ਕਲਾਕਾਰ ਕੋਲੋਂ ਸਾਡੇ ਵਰਗੇ ਲੋਕਾਂ ਨੂੰ ਜਿਹੜੇ ਕਿ ਕਦੇ ਕਦੇ ਡਰਾਮਾ ਵਿੱਚ ਹਿੱਸਾ ਲੈਣ ਦਾ ਜਾਂ ਕੋਈ ਲਿਖਣ ਦਾ ਹਿੰਮਤ ਕਰਦੇ ਹਾਂ, ਅਸੀਂ ਉਮੀਦ ਕਰਦੇ ਹਾਂ ਕਿ ਉਹ ਜਿਹੜੇ ਉਹਨਾਂ ਦੀ ਆਪਦੀ ਜਥੇਬੰਦੀ ਜਾਂ ਆਪਦੇ ਨਿਰਦੇਸ਼ਿਤ ਡਰਾਮਿਆਂ ਤੋਂ ਬਿਨਾਂ ਜਿਹੜੇ ਕਲਾਕਾਰ ਹੋਰ ਕਿਸੇ ਡਰਾਮੇ ਵਿੱਚ ਹਿੱਸਾ ਲੈਂਦੇ ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਉਤਸ਼ਾਹਿਤ ਕਰਨ, ਕਿਉਂਕਿ ਜੇ ਅਸੀਂ ਬਾਕੀ ਗਰੁੱਪਾਂ ਤੋਂ ਬਾਕੀ ਜਥੇਬੰਦੀਆਂ ਤੋਂ ਜਾਂ ਬਾਕੀ ਇੰਡੀਵਿਜੁਅਲਸ ਨੂੰ ਜੋ ਹਿੱਸਾ ਲੈਂਦੇ ਜਾਂ ਐਫਰਟ ਕਰਦੇ ਨੇ ਉਹਨਾਂ ਨੂੰ ਪੂਰੀ ਰੈਕਗਨੀਸ਼ਨ ਨਹੀਂ ਦੇਵਾਂਗੇ ਤਾਂ ਉਹ ਡਰਾਮੇ ਨੂੰ ਡਰਾਮੇ ਦਾ ਵਿਕਾਸ ਕਰਨ ਦੇ ਵਿੱਚ ਕਾਫੀ ਰੋੜਾ ਬਣ ਸਕਦਾ। ਥੈਂਕ ਯੂ। ਥੈਂਕ ਯੂ ਵੈਰੀ ਮੱਚ ਰਾਜ। ਹੁਣ ਸਾਡੇ ਕੋਲ ਅਖੀਰ ਦੇ ਸੱਜਣ ਹਨ, ਦੇਖੋ ਉਹ ਕੀ ਕਰਦੇ ਹਨ ਤੁਹਾਡੇ ਸਾਹਮਣੇ ਆ ਰਹੇ ਹਨ। ਸੁਖਿੰਦਰ, ਮੈਂ ਤਾਂ ਸਿਰਫ ਦੋ ਗੱਲਾਂ ਵੱਲ ਅਜਮੇਰ ਦਾ ਧਿਆਨ ਦਿਵਾਉਣਾ। ਇਹ ਗੱਲਾਂ ਵੈਸੇ ਮੇਰੇ ਤੋਂ ਪਹਿਲਾਂ ਅਮਨਪਾਲ ਸਹਿਰਾ ਮੱਖਣ ਟੁੱਟ ਅਤੇ ਸੁਰਿੰਦਰ ਤੰਜਰ ਨੇ ਵੀ ਛੇੜੀਆਂ। ਮੁੱਖ ਤੌਰ 'ਤੇ ਇਹਨਾਂ ਗੱਲਾਂ ਦਾ ਧਿਆਨ ਮੈਂ ਇਸ ਕਰਕੇ ਦਿਵਾਉਣਾ ਚਾਹੁੰਦਾ ਕਿਉਂਕਿ ਅਜਮੇਰ ਰੋਡੇ ਦੇ ਪਰਚੇ ਦੇ ਵਿੱਚ ਕੰਟਰਾਡਿਕਸ਼ਨ ਹੈ ਇਸ ਨੁਕਤੇ ਉੱਤੇ। ਅਜਮੇਰ ਨੇ ਕਿਹਾ ਵੀ ਜਿਹੜੇ ਵੈਨਕੂਵਰ ਸੱਥ ਵਾਲੇ ਲੋਕ ਹੈਗੇ ਜਿਹੜੇ ਨੁੱਕੜ ਨਾਟਕ ਖੇਡ ਰਹੇ ਆ ਉਹ ਸਟੇਜ ਸੈਟਿੰਗ ਵੱਲ ਜਾਂ ਮਿਊਜ਼ਿਕ ਵੱਲ ਕੋਈ ਧਿਆਨ ਨਹੀਂ ਦਿੰਦੇ ਔਰ ਰੰਗ ਮੰਚ ਵੱਲ ਧਿਆਨ ਨਹੀਂ ਦਿੰਦੇ ਔਰ ਫਿਰ ਅੱਗੇ ਜਾ ਕੇ ਉਹ ਇਹੀ ਗੱਲ ਕਹਿ ਦਿੰਦੇ ਕਿ ਉਹਨਾਂ ਨੂੰ ਬੜੀ ਸਫਲਤਾ ਮਿਲ ਰਹੀ ਆ ਔਰ ਜਿਹੜੀਆਂ ਪ੍ਰਸਥਿਤੀਆਂ ਉਹਨਾਂ ਦੀ ਮੰਗ ਵੀ ਇਹੀ ਆ ਔਰ ਲੋਕ ਵੀ ਇਹੋ ਜਿਹੇ ਨਾਟਕ ਕੀ ਕੈਨੇਡਾ ਦੇ ਵਿੱਚ ਮੰਗ ਰਹੇ ਨੇ। ਇਹ ਬੜੀ ਵੱਡੀ ਕੰਟਰਾਡਿਕਸ਼ਨ ਹੈ। ਔਰ ਦੂਜੀ ਗੱਲ ਹੈ ਵੀ ਉਹ ਰੰਗ ਮੰਚ ਨੂੰ ਕੀ ਕਹਿ ਰਹੇ ਆ ਵੀ ਜੇ ਇਹ ਰੰਗ ਮੰਚ ਨਹੀਂ ਤਾਂ ਫਿਰ ਰੰਗ ਮੰਚ ਕੀ ਆ? ਕੀ ਰੰਗ ਮੰਚ ਹੈ ਜਿਹੜਾ ਮੂੰਹ ਦੇ ਉੱਤੇ ਲਾਲ ਪੀਲੇ ਰੰਗ ਮਲ ਦੇਣ ਦਾ ਨਾਂ ਹੀ ਰੰਗ ਮੰਚ ਹੈ ਜਾਂ ਸਟੇਜ ਦੇ ਉੱਤੇ ਪੰਜ ਸੱਤ ਕੁਰਸੀਆਂ ਫਾਲਤੂ ਰੱਖ ਦੇਣ ਦਾ ਨਾਂ ਹੀ ਰੰਗ ਮੰਚ ਹੈ? ਮੈਂ ਇੱਕ ਗੱਲ ਹੋਰ ਇਹਨਾਂ ਦੇ ਧਿਆਨ 'ਚ ਦਿਵਾਉਣੀ ਚਾਹੁੰਦਾ ਵੀ ਜਦੋਂ ਇਹਨਾਂ ਨੇ ਕਿਹਾ ਇਧਰਲੀਆਂ ਵੱਡੀਆਂ ਕੰਪਨੀਆਂ ਜਾਂ ਇਹਨਾਂ ਨੇ ਕਿਹਾ ਵੀ ਇਹੋ ਜਿਹੇ ਨਾਟਕ ਗੁਰਸ਼ਰਨ ਸਿੰਘ ਨੇ ਖੇਡੇ ਔਰ ਉਹਨਾਂ ਤੋਂ ਪ੍ਰਭਾਵਿਤ ਨੇ। ਗੁਰਸ਼ਰਨ ਸਿੰਘ ਜਿਹੜੇ ਨਾਟਕ ਖੇਡਿਆ ਉਹਨੂੰ ਅੱਜ ਕੱਲ੍ਹ ਕਿਹਾ ਜਾ ਰਿਹਾ ਡਾਇਰੈਕਟ ਥੀਏਟਰ ਔਰ ਉਸ ਡਾਇਰੈਕਟ ਥੀਏਟਰ ਦੀ ਬਹੁਤ ਜ਼ਿਆਦਾ ਮੰਗ ਹੈ ਔਰ ਬਹੁਤ ਚਰਚਾ ਹੈ ਔਰ ਹਿੰਦੁਸਤਾਨ ਦੇ ਜਿਹੜੇ ਵੱਡੇ ਵੱਡੇ ਪੰਜਾਬੀ ਆਲੋਚਕ ਹੈ ਉਹਨਾਂ ਨੇ ਸਵੀਕਾਰ ਕੀਤਾ ਕਿ ਹਾਲਾਤ ਦੀ ਇਹੀ ਮੰਗ ਹੈ ਔਰ ਗੁਰਸ਼ਰਨ ਦੇ ਨਾਟਕ ਬਹੁਤ ਠੀਕ ਟਾਈਮ 'ਤੇ ਔਰ ਬਹੁਤ ਠੀਕ ਵਿਧੀ ਨਾਲ ਖੇਡੇ ਜਾ ਰਹੇ। ਇਕੱਲੇ ਗੁਰਸ਼ਰਨ ਦੇ ਨਾਟਕ ਹੀ ਨਹੀਂ, ਜਦੋਂ ਅਸੀਂ ਇਹਨਾਂ ਵਿਦੇਸ਼ੀ ਨਾਟਕਾਂ ਦੀ ਗੱਲ ਕਰਦੇ ਹਾਂ ਤਾਂ ਨਿਊਯਾਰਕ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਐਕਟਰਸ ਵਰਗੇ ਨਾਟਕ ਵੀ ਆ ਜਿਹੜੇ ਸਟੇਜ ਉੱਤੇ ਸਿਰਫ ਇੱਕ ਬੈਂਚ ਰੱਖ ਕੇ ਔਰ ਬੱਤੀਆਂ ਦੇ ਜਗਾਨ ਬਜਾਉਣ ਨਾਲ ਵੀ ਖੇਡੇ ਗਏ ਔਰ ਉਹਨਾਂ ਨੂੰ ਵੱਡੇ ਵੱਡੇ ਇਨਾਮ ਮਿਲੇ। ਥੈਂਕ ਯੂ ਵੈਰੀ ਮੱਚ। ਹੁਣ ਦੇਖੋ ਰੋਡੇ ਸਾਹਿਬ ਕਿਸ ਤਰ੍ਹਾਂ ਬੋਲਦੇ ਹਨ। ਮਰੀਜ਼ ਬੋਲਿਆ ਥੋੜ੍ਹਾ ਸਮਾਂ ਪਹਿਲੀ ਗੱਲ ਤਾਂ ਮੈਂ ਆਪਣੇ ਆਪ ਨੂੰ ਮਰੀਜ਼ ਨਹੀਂ ਸਮਝਦਾ। ਮੇਰਾ ਖਿਆਲ ਸੀ ਵਾਕਈ ਚੀਫ ਫਾਟ ਬਹੁਤ ਹੋਊਗੀ ਪਰ ਇੰਨੀ ਜ਼ਿਆਦਾ ਘੱਟ ਹੋਈ ਹੈ ਮੇਰੀ ਐਕਸਪੈਕਟੇਸ਼ਨ ਤੋਂ ਅਤੇ ਮੈਂ ਤਾਂ ਮੈਂ ਕਾਫੀ ਅੱਗੇ ਨਾਲੋਂ ਸਿਹਤਮੰਦ ਹਾਂ। ਵਾਕਈ ਮੇਰੇ ਹਿਸਾਬ ਨਾਲ ਕੋਈ ਬਹੁਤਾ ਮਹੱਤਵਪੂਰਨ ਕਟੀਸਰ ਨਹੀਂ ਹੋਇਆ। ਇੱਥੋਂ ਲੱਗਦਾ ਮੇਰਾ ਪੇਪਰ ਕਾਫੀ ਚੰਗਾ ਲਿਖਿਆ ਗਿਆ। ਖੈਰ ਇਹ ਤਾਂ ਹਾਸੇ ਵਾਲੀ ਗੱਲ ਹੈ। ਪਹਿਲਾ ਬੁਲਾਰਾ ਸੂਫੀ ਹੋਣੀ ਸੀਗੇ ਉਹਨਾਂ ਦਾ ਸ਼ੁਕਰੀਆ, ਉਹਨਾਂ ਨੇ ਕਾਫੀ ਧਿਆਨ ਨਾਲ ਪੜ੍ਹਿਆ ਹੈਗਾ ਪੇਪਰ ਅਤੇ ਆਪਣੇ ਸੁਝਾਅ ਵੀ ਦਿੱਤੇ। ਦੂਸਰਾ ਭੁਪਿੰਦਰ ਧਾਲੀਵਾਲ ਹੋਣੀ ਇੱਥੇ ਆਏ, ਧਾਲੀਵਾਲ ਹੋਣੀ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਕਿ ਸਾਡੇ ਬਹੁਤ ਪ੍ਰਮੁੱਖ ਸਟੇਜ ਦੇ ਐਕਟਰ ਨੇ, ਉਹ ਕਵਿਤਾ ਵੀ ਲਿਖਦੇ ਆ, ਮਤਲਬ ਉਹਨਾਂ ਦੀ ਸੰਬੰਧ ਰਹੇ ਮੁੱਢ 'ਚ, ਪਰ ਇਸ ਸਮੇਂ ਉਹ ਬੜੇ ਲੀਡਿੰਗ ਐਕਟਰਾਂ ਵਿੱਚੋਂ ਹੈਗੇ ਸਟੇਜ 'ਤੇ ਔਰ ਉਹਨਾਂ ਬਹੁਤ ਡਰਾਮੇ ਕੀਤੇ ਹੈਗੇ ਮੁੱਢ ਤੋਂ ਲੈ ਕੇ। ਉਹਨਾਂ ਦਾ ਜਿਹੜਾ ਇਤਰਾਜ਼ ਸੀਗਾ ਕਿ ਜਿਹੜੇ ਚਾਰ ਪਹਿਲੂ ਹੁੰਦੇ ਹੈਗੇ ਥੀਏਟਰ ਦੇ, ਸਕ੍ਰਿਪਟ, ਰਾਈਟਿੰਗ, ਡਾਇਰੈਕਸ਼ਨ, ਪਰਫਾਰਮੈਂਸ ਅਤੇ ਬੈਕ ਸਟੇਜ, ਇਹ 'ਚ ਸਿਰਫ ਪਹਿਲੇ ਦੁਆ ਨੂੰ ਹੀ ਐਮਫਸਾਈਜ਼ ਕੀਤਾ ਗਿਆ ਅਤੇ ਪਿਛਲੇ ਦੁਆ ਨੂੰ ਬਿਲਕੁਲ ਬਹੁਤ ਘੱਟ ਕੀਤਾ ਗਿਆ। ਇਹਦੇ ਨਾਲ ਮੈਂ ਸਹਿਮਤ ਹਾਂ, ਪਰ ਇਹਦੀ ਐਕਸਪਲੇਨੇਸ਼ਨ ਮੈਂ ਮੇਰੇ ਖਿਆਲ ਪਹਿਲਾਂ ਹੀ ਦੇ ਦਿੱਤੀ ਸੀ ਇੰਟਰੋਡਕਸ਼ਨ, ਕਿ ਜਦੋਂ ਅਸੀਂ ਪੇਪਰ ਲਿਖਦੇ ਹੈਗੇ ਹਾਂ ਨਾਟਕ 'ਤੇ ਤਾਂ ਅਕਸਰ ਪਹਿਲਾਂ ਦੁਆ 'ਤੇ ਆਉਂਦੀ ਹੈ। ਜੇ ਸਪੋਜ਼ ਕਿਸੇ ਨਾਟਕ 'ਤੇ ਲਿਖਣਾ ਹੋਵੇ ਪੇਪਰ
पहले नाटक थे सो जी डेफिनेटली एक्टर प्राइम होंगे इनफैक्ट थिएटर एक्टिंग इज द प्राइम पार्ट एक्टर ही इंटरप्रेट करते हैं इस लाइफलैस स्क्रिप्ट में तो उदों वह वाकई ज खेडन समय तो लोगों का ध्यान ही एक्टर से होंगे है इस इसलिए जे रंगमंच के किसी स्पैशल लिखना हो जरूर अगे आएंगे पर इतने शायद इन्ना वह स्कोप नहीं सी इसलिए बैकस्टेज भी उन्नी इंपॉर्टेंट है पर शायद कुछ हद तक मैं मानता कि आ सकते सुझा उस अगर मक्खन उन्होंने कुछ करैक्टर से जो सिरमत थे उन्होंने ये इनकारपोरेट कर दिया जाऊगा जो उन्होंने बाकी वीडियो वाला या रेडियो नाटक जमिशन हुई ठीक कर दी पता नहीं किस तरह रह गई वैसे इस तरह उन्होंने अमृतसर नाटक कला केंद्र बारे सफा दस के कोई पॉइंट आउट किया यह काफ़ी इंपॉर्टेंट पॉइंट हैगा मैं लिखा कि गुरशरण सिंह होर ने उन्हें कुछ ड्रामे ने पहला ना लिखे कणक की बल्ली वगैरह उन्ने वे ड्रामे नहीं किए मेरा ख्याल मेरे को वे लफ्ज गलत यूज होया वे का मतलब ग्रेट नहीं वे का मतलब विस्थार सिर्फ विस्थार टाइम ढाई घंटे ये तो भाव है मेरा कणक की बल्ली नालों गुरशरण सिंह के नाटक कंटेंट होर पक्षों बहुत वधिया अगे थे पर मेरा सिर्फ सिर्फ जरा नाटक का वे होना बहुत कुछ की डिमांड करता और कोआर्डीनेशन ज़्यादा फैसिलिटीज सीन बदल मेरा भाव यह दूसरा जरा उन्होंने मैं लिखा कि उन्होंने जो कलाकार उन्होंने कुछ जो पहला कलाकार लिखे उन्होंने जी शिद्दत है नहीं सी बारे मैं जो उस तरह समझना कोई नहीं सी जरूरी नहीं कि उन्होंने नाटक घटिया सके पर उस पक्ष तो जिमें राणी दलबीर ने किया रोल राणी जिंदा का वो मेरा ख्याल है भी एक्टिंग कला में वो बहुत अगे से गुरशरण सिंह एक्ट पर गुरशरण सिंह ने भी कहा कि साथ असली एक्टर आ नहीं सके पर यह शायद कोई इतनी बहुत ही महत्वपूर्ण गल नहीं थी अगे सुरिंदर धंजल ने काफ़ी करैक्शन करवाइया उन्होंने शुक्रिया इस तरह ही विनीता अल्बर्टा के रंगमंच रंगमंच बारे जो कुछ उन्होंने सुझाव दिए वो डेफिनेटली इनकॉर्पोरेट कर ले जाएंगे पर उन्होंने बारे कुछ ज़्यादा नहीं लिख सकता मैं जो मैं लिखा तो वह बेरसा क्योंकि मैं देखे नहीं मेरे नाटक मैंशन तकरीबन सारे मैं देखे हुए ऑलमोस्ट ऑल देखे हुए हाँ एक तो सुरिंदर धंजल ने कहा कि गुरशरण सिंह तो मैं वैसे तो मैं अपने नाँ एडे वे ना जोड़ दें थोड़ी जी इंबैसमेंट होंगी है पर फिर भी क्योंकि इन्होंने मैनस किया इस डिफरेंट प्रिंसीपल च बिलीव करते ये मेरा ख्याल गलत आ मैं ये सहमत नहीं सिर्फ यह है कि मैं तो यह कहना कि उन्होंने जो नाटक हैगा वह सादा है असी इतने भी किए उन्होंने प्रभावित हो के चेतना नाटक असी किया और उन्होंने दसिया एक हफ्ते के विचार करके स्टेज लाइए सिर्फ टैंपोररी टेबल ला के एपसपोर्ड असं किया प्ले सिर्फ उत्थे जाकर अद्धे घंटे भुपिंदर जी नाल सीगा टेबल ला के उत्थे स्टेज कर करके सक्सैसफुल मैं उन्हां नाल इस प्रिंसीपल से बिल्कुल डिसएग्री नहीं करता क्योंकि साडे नाटकां दे लोक्स आ यह जरूर है कि हो सकता जे उन्हां कोल मंच हुंदा ते समग्री हुंदी तो ज़्यादा प्रभावशाली हो सकदा उन्हां जिहड़ा मैसेज आ वह ज़्यादा इंटेंसिटी नाल कन्वे किया जा सकता जे यह बिलीव है किसी कोई बिलीव करता कि समग्री वरतनी अगेन गलत गल है तो मैं वह बिल्कुल डिसएग्री करता यह मेरा जो डिफरेंस तो यह है पर मैं छोट नहीं कह सकता कि गुरशरण सिंह पूरी इस हूँ एटलीस्ट बिलीव नहीं करते कि जो समग्री हो तो यूज नहीं करनी चाहिए उन्होंने एटलीस्ट मैंने तो यह दसिया कि जो असं पिंड नहीं जाते तो साढ़े को लैब भी हैगी है जिसे असं एक्सपैरीमेंट करने ड्रामे के असी वेटिंग फॉर गोदोवार के ड्रामे भी ट्राई किए जो कि बिल्कुल थिएटर ऑफ द एब्सर्ड ड्रामा नोन है वह भी उन्होंने ट्राई किए हैं
योगराज मेरा ख्याल प्रधान ही सीगा, मैं तेरे हाथ की दर्शन दिखाऊंगा। सुंदर ने अपने हाँ ये मिशन रही है तो एक ये है कि बहुत मुढ़ले लोगों तारा सिंह हेर भी शामिल सी जे बनाने वाले आर्ट फाउंडेशन एंड आई शुड आई राइट ओके सुखवंत खबरे अनशपे जो रह गए मैं तो पता नहीं किमें मेरे को आई लव कारपोरेट मेरा ख्याल से मेरा ख्याल उस तो नहीं रह गए किसी ना किसी के नाल जो अनशपे नाल का जिक्र नहीं होया। बाकी जी फिलासफी की कोई गल सी कि मंच सज्जा या सत बिलीव नहीं करते वो गलत बयानी है, मैं इस तरह लगा सी सारा कुछ देख के, पर जो हम फिलासफी पहला उन्होंने एक्सप्लिसिटली यह जाहिर नहीं किया बिलीव करते हम चेंज कर ली है तो ये मेरा सा कोई डिसएग्रीमेंट नहीं था। सो कोई मेरा ख्याल बहस वाली गल नहीं, वह उन्होंने मंच का यह बड़ा स्पष्ट हैगा हम स्टैंड जिन्नी क योग्यता होनी की वरतनी चाहिए है और कुछ हद तक मैं सहमत भी हाँ जो फिलासफी से बिलीव कर दें कि कई असं नाटक इन्नी जोर ला के तैयार किए कि वर्ण उठाने की गल नहीं आई और इतने एक माइक से फेल होना सब कुछ सत्यानाश भी रहता वो यह है कि तुम शायद उन्ना की करो तो गांह हौसला ना करो, पर जो फिलासफी बिलीव करते कि होना ही चाहिए दैन आई डोंट एग्री कि किसी मन सबकी जो हो गए तो भी यूज ना करो। अगर महेंद्र सुमर भी आए उन्होंने जो सारे सुझाव ओमिशन है वह इन्होंने इनकारपोरेट कर ले जाएंगे, वो मतलब सर्च की कमी कह लो टाइम की कमी कह लो। सरबजीत धालीवाल में मेरे माइंड से फोन करूँगा, मैं दो बारी किए पर मिल नहीं सकया इस करके रह गया, मैंने उन्होंने ड्रामे बारे अंदाजा से मैं क्या देखा होया जो मैं रहा हो बाकियों का मैं नहीं बस वो कर ले जाएंगे। अमनपाल उन्होंने पी सी ए तो सत का जिक्र किया कि सत के ऑडियंस में पी सी ए का भी हिस्सा हैगा पंजाब कल्चर एसोसीएशन नाल संबंध होने करके कुछ लोग जो पी सी एच सी सत नाल भी है और स्टेज पर भी होंगे है प्रमोट करने की, मैं इन अजे भी यही समझना कि यह गल नहीं ठीक है। अगे वो नाटक कला की घाट एक्सप्लेन जे करिए मैं वो बिलीव करता कि मंच सॉरी सत के जो नाटक होंगे उन्होंने काफ़ी घाट होंगी है जी कि वह इंप्रूव कर सकते उस तरह का सीजन खर्च किया उन्होंने मूवमेंट बहुत घट होंगी है एक्टर के सरगर्मी घट होंगी काफ़ी स्टिल होंगी स्थिति कई बार जिते कि वह मूवमेंट ना ज़्यादा कुछ ऐड किया जा सकता उन्होंने जी शिद्दत होंगी है कि प्रभाव पेश कर वह काफ़ी उस घाट होंगी है वह ज़्यादा इंप्रूव की जा सकती है डेफिनेटली। ये फिर मेरे परसनल कह लो कि ऑब्जरवेशन है वो भी काफ़ी गलत हैं डिस्कस हो सकते हैं। कलेक्टिव डायरेक्शन बारे आई थिंक वट आई रोट आई पता है मेरा ख्याल है कि कलेक्टिव डायरेक्शन कोई ये गलती नहीं अमेरिका च रेडिकल थिएटर जोड़ा उन्होंने की हैगी है और बड़े नोन है, पर मेरा ख्याल है कि जो बहुत बड़ा थिएटर का फ्लो चल रहा जो डायरेक्टर भी हैगी बड़ी इंपॉर्टेंस है और वो वध ही रही हैगी है होमे नाल जोड़ोगे तो आई थिंक इट्स वेरी रॉन्ग वो तो राइटर की भी उन्नी होम हो सकती है। सिर्फ ये होंगे डायरैक्टर का कि एक अख ऐसी जरूर होनी चाहिए है जो कि समुचे तौर पर देख सके और इंटरप्रेट कर सके एक यूनिट के तौर पर सारे ड्रामे जिमें एक कंडक्टर उन्होंने म्यूजिक को कंडक्ट करता है बिल्कुल उ रोल एक डायरैक्टर का होंगे क्योंकि इन्ने डिफरेंट म्यूजिशियन कोआर्डिनेट करके एक कंप्लीट म्यूजिक दिता है इस तरह जो डायरैक्टर है और डायरैक्टर भी इस तरह होना चाहिए शायद साढ़े असी उस लैवल देने कि जरा बिल्कुल वो चेंज भी कर सके स्क्रिप्ट इस हिसाब न ऑडियंस को अगे रख के एक यूनिट के तौर पर पेश कर सके मेरे ख्याल कोई गलती नहीं कोई नथिंग रॉन्ग इन प्रिंसीपल तो मैं अजे भी समझ रहा कि बैटर भी कर राज चौहान उन्होंने चिंगारी बारे जो कुछ भी कैलगरी बारे उन्होंने सुझाव दिए वो ठीक है जो बच्चे उन्होंने कॉपरेट कर ले जाएगा
ਕੰਟਰਾਡਿਕਸ਼ਨ ਦੀ ਗੱਲ ਕੀਤੀ, ਮੇਰਾ ਖਿਆਲ ਕੋਈ ਬਹੁਤੀ ਕੰਟਰਾਡਿਕਸ਼ਨ ਹੋਈ ਪਰ ਟਾਈਮ ਨਹੀਂ। ਸੁਖਿੰਦਰ ਹੋਣਾ ਨੇ ਦੱਸਿਆ ਸੱਤ ਵਾਲੇ ਜਿਹੜੇ ਨੁੱਕੜ ਨਾਟਕ ਖੇਡਦੇ ਮੇਰੇ ਨਾਲ ਨੁੱਕੜ ਨਾਟਕ ਨਹੀਂ ਖੇਡ ਰਹੇ, ਉਸ ਤੋਂ ਔਖੇ ਨਾਟਕ ਖੇਡ ਰਹੇ ਆ। ਨੁੱਕੜ ਨਾਟਕ ਹੋਰ ਜਿੰਦਾ ਹੈਗਾ ਇਹਨਾਂ ਦੇ ਨਾਲ, ਮਤਲਬ ਨੁੱਕੜ ਨਾਟਕ ਗੰਭੀਰ ਹੋ ਸਕਦਾ ਪਰ ਇਹਨਾਂ ਦੇ ਜ਼ਿਆਦਾ ਰੈਗੂਲਰ ਜਿਹੜੇ ਨਾਟਕ ਦੇ ਸਟੇਜਾਂ ਵਾਲੇ ਉਹ ਹੈਗੇ ਜ਼ਿਆਦਾ ਇਹਨਾਂ ਦੇ ਨਾਟਕ ਦੇ ਵਿੱਚ ਗੰਭੀਰ ਕਿਸਮ ਦੀ। ਅਤੇ ਸੱਤ ਦਾ ਮੇਰਾ ਕ੍ਰਿਟਿਸਿਜ਼ਮ ਜਿੰਨਾ ਜਿੰਨਾ ਮੈਂ ਕੀਤਾ ਹੈਗਾ ਮੇਰਾ ਮਤਲਬ ਕਿਸੇ ਨੂੰ ਸੱਤ ਦੇ ਐਟੀਟਿਊਡ ਬਾਰੇ, ਉਹਨਾਂ ਨੂੰ ਸ਼ਾਇਦ ਇੰਨੇ ਇਤਰਾਜ਼ ਨਹੀਂ ਕੀਤੇ ਮੇਰਾ ਖਿਆਲ ਓਨੈਸਟਲੀ। ਗੁਰਸ਼ਰਨ ਸਿੰਘ ਡਾਇਰੈਕਟ ਥੀਏਟਰ ਮੈਨੂੰ ਇਹੀ ਕਹਿਣਾ ਹੈ ਕਿ ਗੁਰਸ਼ਰਨ ਸਿੰਘ ਦੇ ਥੀਏਟਰ ਨਾਲ ਕੋਈ ਡਿਫਰੈਂਸ ਨਹੀਂ। ਇਹ ਫਿਰ ਕਹੂੰਗਾ ਕਿ ਮੈਂ ਉਹਨਾਂ ਦਾ ਫਾਲੋਅਰ ਨਹੀਂ। ਥੈਂਕ ਯੂ ਵੈਰੀ ਮਚ ਅਜੇ, ਬਹੁਤ ਅੱਛਾ ਹੋਇਆ ਤੂੰ ਮਹਿਸੂਸ ਕੀਤਾ। ਪੂਰੀ ਸਰਜਰੀ ਨਹੀਂ ਹੋਈ ਪਰ ਅਨੈਸਥੀਸੀਆ ਤੋਂ ਬਾਅਦ ਟਾਈਮ ਥੋੜ੍ਹਾ ਲੱਗਦਾ ਕਿ ਕਿਸੇ ਪੀੜ ਹੁੰਦੀ ਹੈ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਵਿੱਚ ਭਾਗ ਲਿਆ ਹੈ। ਹੁਣ 5 ਮਿੰਟ ਦੀ ਬ੍ਰੇਕ ਹੋਏਗੀ, ਉਸ ਤੋਂ ਅਗਲਾ ਪ੍ਰੋਗਰਾਮ ਪ੍ਰਬੰਧਕ ਵੱਧ ਹੋਵੇ। ਹਾਂਜੀ, ਸਾਡੇ ਇਸ ਸੈਸ਼ਨ ਦੇ ਜਿਹੜੇ ਮੋਡਰੇਟਰ ਨੇ ਉਹ ਬਲਦੇਵ ਦੂੜਾ, ਔਰ ਜਿਹੜਾ ਪੇਪਰ ਪੜ੍ਹਿਆ ਜਾ ਰਿਹਾ ਇਸ ਸੈਸ਼ਨ ਵਿੱਚ ਉਹਨੇ ਸਾਧੂ, ਔਰ ਇਹਨਾਂ ਦੇ ਪਰਚੇ ਦਾ ਨਾਂ ਹੈ ਕੈਨੇਡਾ ਵਿੱਚ ਪੰਜਾਬੀ ਸੱਭਿਆਚਾਰ। ਸਾਧੂ ਤੁਹਾਡੇ ਬ੍ਰਿਟਿਸ਼ ਕੋਲੰਬੀਆ ਦੇ ਲੇਖਕ ਨੇ, ਔਰ ਇਹਨਾਂ ਬਾਰੇ ਜਾਣਕਾਰੀ ਦੇਣ ਲੱਗਿਆ ਮੈਂ ਇੱਕ ਕਹਿਣਾ ਜ਼ਰੂਰੀ ਸਮਝਦਾ ਕਿ ਕੁਛ ਕੁ ਕੈਨੇਡਾ ਦੇ ਉਹਨਾਂ ਨਵੇਂ ਲੇਖਕਾਂ ਵਿੱਚੋਂ ਹਨ ਜਿਹੜੇ ਕਿ ਇਹ ਮੰਗ ਕਰ ਰਹੇ ਨੇ ਕਿ ਸਾਡੀਆਂ ਲਿਖਤਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਔਰ ਇਹਨਾਂ ਦੀਆਂ ਹੁਣ ਤੱਕ ਜਿਹੜੀਆਂ ਪੁਸਤਕਾਂ ਛਪੀਆਂ, ਕਵਿਤਾ ਦੀ ਇਹਨਾਂ ਦੀ ਪੁਸਤਕ ਛਪੀ ਹੈ ਸੋਨੇ ਰੰਗੀ ਸੜਕ, ਔਰ ਇਹ ਇੱਕ ਪੁਸਤਕ ਜੰਗਲ ਦੇ ਵਿਰੁੱਧ ਸਹਿ ਸੰਪਾਦਕ ਨੇ, ਔਰ ਇਹਨਾਂ ਦੀ ਕਹਾਣੀਆਂ ਦੀ ਇੱਕ ਪੁਸਤਕ ਪ੍ਰਕਾਸ਼ਿਤ ਹੋਈ ਜਿਹੜੀ ਹੈ ਕਿਸ ਦਾ ਕਸੂਰ। ਕੈਨੇਡਾ ਤੋਂ ਉਹ ਨਿਕਲਦੇ ਪ੍ਰਸਿੱਧ ਪੰਜਾਬੀ ਪੱਤਰਕਾਰ ਜਿਹੜੀ ਹੁਣ ਕੁਝ ਦੇਰ ਲਈ ਬੰਦ ਆ ਵਤਨ ਦੂਰ, ਉਹਦੇ ਸੰਪਾਦਕ ਵੀ ਰਹੇ ਨੇ, ਔਰ ਇਸੇ ਤਰ੍ਹਾਂ ਇਹਨਾਂ ਦਾ ਪਿਛਲੇ ਕੁਝ ਸਮੇਂ ਤੋਂ ਜਿਹੜਾ ਸੰਬੰਧ ਹੈ ਇਹ ਨਾਟਕਾਂ ਨਾਲ ਹੈ। ਇੰਨੀ ਕੁ ਜਾਣਕਾਰੀ ਤੋਂ ਬਾਅਦ ਮੈਂ ਸਾਧੂ ਉਹਨਾਂ ਨੂੰ ਕਹਾਂਗਾ ਉਹ ਮਾਈਕ 'ਤੇ ਆਉਣ ਔਰ ਆਪਣਾ ਖੇਤਰ ਪੜ੍ਹਨ। ਸੱਭਿਆਚਾਰ ਜਦੋਂ ਅਸੀਂ ਪੇਪਰ ਵੰਡਦੇ ਸੀਗੇ ਲਿਖਣ ਲਈ ਤਾਂ ਮੈਂ ਇਹਨੂੰ ਬੜਾ ਨੱਠ ਕੇ ਪਿਆ, ਮੈਂ ਕਿਹਾ ਵੀ ਕੋਈ ਗੱਲਬਾਤ ਇਹਦੇ ਬਾਰੇ ਕੀਤੀ ਜਾ ਸਕਦੀ ਹੈ, ਪਰ ਉਹ ਮੈਂ ਐਸਾ ਫਸਿਆ ਇਹਦੇ ਵਿੱਚ ਪਹਿਲਾਂ ਕਈ ਹਫ਼ਤੇ ਦਾ ਮੈਨੂੰ ਪਤਾ ਨਹੀਂ ਲੱਗਾ ਵੀ ਹੁੰਦਾ ਕੀ ਇਹਦਾ ਕਿੱਥੋਂ ਸ਼ੁਰੂ ਕੀਤਾ ਜਾ ਸਕਦਾ ਜਾਂ ਕੌਣ ਕੌਣ ਜਾਂ ਕੌਣ ਕੌਣ ਇਹਦੇ ਨਹੀਂ ਆਉਣੇ ਚਾਹੀਦੇ। ਇਹ ਆਪਾਂ ਜਿਵੇਂ ਪਹਿਲਾਂ ਅੱਜ ਸਵੇਰੇ ਬਲਵੀਰ ਸਿੰਘ ਮੋਮੀ ਹੋਣਾ ਦਾ ਪਰਚਾ ਬੋਲੀ ਦੇ ਉੱਤੇ ਡਿਸਕਸ ਕਰਦੇ ਸੀਗੇ, ਸਾਰਿਆਂ ਦਾ ਇਹ ਵਿਚਾਰ ਸੀਗਾ ਕਿ ਇਹ ਵਿਸ਼ਾ ਇੰਨਾ ਗੰਭੀਰ ਆ ਔਰ ਇੰਨਾ ਬੜਾ ਆ ਵੀ ਇਹਦੇ 'ਤੇ ਕਿਤਾਬਾਂ ਲਿਖੀਆਂ ਜਾਣੀ ਚਾਹੀਦੀਆਂ, ਅਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਇੱਕ ਬੋਲੀ 'ਤੇ ਜੇ ਇਹ ਫੀਲਿੰਗ ਹੈਗੀ ਆ ਅਤੇ ਸੱਭਿਆਚਾਰ 'ਤੇ ਜੇ ਕਿਸੇ ਬੰਦੇ ਨੂੰ ਬਹੁਤ ਤੂੰ ਪਰਚਾ ਲਿਖ, ਉਹ ਵੀ ਆਲਮੋਸਟ ਪੰਜਾਬ ਕਿਸਮ ਦੇ ਬੰਦੇ ਨੂੰ ਜਿਵੇਂ ਆਪਾਂ ਸਾਰੇ ਫਸੇ ਹਾਂ ਅਤੇ ਕਾਫੀ ਮੁਸ਼ਕਿਲ ਵਾਲੀ ਗੱਲ ਮੈਨੂੰ ਲੱਗੀ ਹੈ। ਪਰ ਫਿਰ ਮੈਂ ਲੱਗਾ ਰਿਹਾ ਮਤਲਬ ਆਪਣੀ ਧੁੰਨ ਦੇ ਵਿੱਚ, ਮੈਂ ਕਾਫੀ ਇੰਜੋਏ ਕੀਤਾ ਜਿਵੇਂ ਮੈਂ ਲਿਖਿਆ, ਅਤੇ ਹੁਣ ਇਹ ਲੱਗਦਾ ਇੱਦਾਂ ਜਿਵੇਂ ਇੱਕ ਕੰਪਲੀਟ ਪੇਪਰ ਹੈ, ਇੱਕ ਦੇ ਸ਼ੁਰੂ ਹੁੰਦਾ ਅਤੇ ਵਿੱਚ ਇਹਦੇ ਮੇਨ ਬੋਡੀ ਹੈਗੀ ਆ, ਕਈ ਚੀਜ਼ਾਂ ਡਿਸਕਸ ਕੀਤੀਆਂ ਅਤੇ ਐਂਡ ਦੇ ਉੱਤੇ ਜਾ ਕੇ ਮੈਂ ਕੁਛ ਯਾਦ ਦੇਣ ਦੀ ਕੋਸ਼ਿਸ਼ ਕੀਤੀ ਆ, ਪਰ ਮੈਂ ਇਹ ਮਹਿਸੂਸ ਕਰਦਾ ਵੀ ਸੱਭਿਆਚਾਰ ਬਾਰੇ ਪਰਚਾ ਕਿਸੇ ਤਰ੍ਹਾਂ ਵੀ ਕੰਪਲੀਟ ਨਹੀਂ ਕਿਹਾ ਜਾ ਸਕਦਾ।
ਕਿ ਕੁਛ ਇੱਕ ਮਤਲਬ ਚੀਜ਼ਾਂ ਜਿਹੜੀਆਂ ਕੁਛ ਨੁਕਤੇ ਜਿਹੜੇ ਮੈਂ ਉਠਾਏ ਆ ਕਿ ਕੁਛ ਇੱਕ ਹੀ ਆ ਮਤਲਬ ਸੱਭਿਆਚਾਰ ਮੇਰੇ ਖਿਆਲ ਦੇ ਵਿੱਚ 14-15 ਪੇਜ ਦੇ ਸਫ਼ੇ ਪੇਪਰ ਦੇ ਵਿੱਚ ਕਾਬੂ ਕੀਤੀ ਜਾਣ ਵਾਲੀ ਚੀਜ਼ ਨਹੀਂ ਹੈ ਪਰ ਫਿਰ ਵੀ ਮੇਰਾ ਖਿਆਲ ਹੈ ਜਿਵੇਂ ਕਿ ਬਾਕੀ ਪਾਰਟੀਆਂ ਦੀ ਇੱਥੇ ਇੰਟੈਂਸ਼ਨ ਸੀਗੀ ਔਰ ਹੋਇਆ ਵੀ ਆ ਵੀ ਇਹਦੇ ਨਾਲ ਕੁਛ ਡਿਸਕਸ਼ਨ ਸ਼ੁਰੂ ਕੀਤੀਆਂ ਜਾ ਸਕਦੀਆਂ ਜਿਹੜੀਆਂ ਸਾਨੂੰ ਇਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਚਲਾਉਣ ਦੇ ਵਿੱਚ ਸਹਾਈ ਹੋਣਗੀਆਂ ਅਤੇ ਇਸ ਵਿਸ਼ੇ 'ਤੇ ਗੱਲ ਕਰਨ ਲਈ ਮੈਨੂੰ ਪਹਿਲੀ ਜਿਹੜੀ ਮੁਸ਼ਕਲ ਆਈ ਉਹ ਇਹ ਪਈ ਸੱਭਿਆਚਾਰ ਹੁੰਦਾ ਕੀ ਆ ਤੁਸੀਂ ਮਤਲਬ ਸੱਭਿਆਚਾਰ ਦੀ ਪਰਿਭਾਸ਼ਾ ਕੀ ਆ ਉਹਨੂੰ ਕਿਵੇਂ ਤੁਸੀਂ ਪਰਿਭਾਸ਼ਿਤ ਕਰੋਗੇ ਡਿਫਾਈਨ ਕਰੋਗੇ ਇਹ ਬੇਸ਼ੱਕ ਮੈਂ ਕੀਤਾ ਹੈਗਾ ਇੱਥੇ ਇਹ ਅਜੇ ਵੀ ਕੋਈ ਇੱਡੀ ਬਲੈਕ ਐਂਡ ਵਾਈਟ ਜਾਂ ਇੱਦਾਂ ਦੀ ਕੋਈ ਗੱਲ ਨਹੀਂ ਹੈ ਵੀ ਜੋ ਕੁਛ ਮੈਂ ਕਿਹਾ ਉਹ ਡੈਫੀਨੇਟ ਆ ਉਹ ਇੱਦਾਂ ਹੀ ਹੁੰਦਾ ਆ ਕੋਸ਼ਿਸ਼ ਕੀਤੀ ਆ ਮੈਂ ਆਪਣੇ ਹਿਸਾਬ ਦੇ ਨਾਲ ਇਹਨੂੰ ਸੋਰਟ ਆਊਟ ਕਰਨ ਦੀ ਅਤੇ ਇਹਦੇ ਬਾਰੇ ਮਤਲਬ ਜਿਹੜੇ ਵੀ ਕੋਈ ਸੁਝਾਅ ਆਉਣਗੇ ਮੈਂ ਉਹਨਾਂ ਨਾਲ ਪੂਰਾ ਧਿਆਨ ਦਊਂਗਾ ਵੀ ਉਹ ਕਿਸੇ ਕਿਸ ਤਰ੍ਹਾਂ ਹੀ ਕੀਤੀ ਜਾ ਸਕਦੀ ਆ ਅਤੇ ਜੇ ਤੁਸੀਂ ਜਨਰਲੀ ਵੀ ਕਿਸੇ ਸੱਭਿਆਚਾਰ ਬਾਰੇ ਗੱਲ ਕਰਦੇ ਹਾਂ ਤਾਂ ਉਹ ਜਿਵੇਂ ਪਹਿਲਾਂ ਕਿਹਾ ਮੁਸ਼ਕਿਲ ਹੁੰਦੀ ਆ ਪਰ ਜਦੋਂ ਕੈਨੇਡਾ ਦੇ ਸੱਭਿਆਚਾਰ ਬਾਰੇ ਗੱਲ ਕਰਦੇ ਹਾਂ ਤਾਂ ਉਹ ਹੋਰ ਵੀ ਮੁਸ਼ਕਿਲ ਬਣ ਜਾਂਦੀ ਆ ਕੈਨੇਡਾ ਦੇ ਪੰਜਾਬੀ ਸੱਭਿਆਚਾਰ ਬਾਰੇ ਕਿਉਂਕਿ ਪਹਿਲੀ ਗੱਲ ਤਾਂ ਮਤਲਬ ਮੁਸ਼ਕਿਲ ਜਿਹੜੀ ਮੈਨੂੰ ਮਹਿਸੂਸ ਹੋਈ ਆ ਉਹ ਇਹ ਵੀ ਇਹ ਨਿਰਣਾ ਕਰਨਾ ਕਾਫੀ ਮੁਸ਼ਕਿਲ ਲੱਗਦਾ ਪਿਆ ਆਪਣੇ ਪੰਜਾਬੀ ਹੈ ਕੌਣ ਕੌਣ ਆ ਉਹ ਜਿਹਨੂੰ ਅਸੀਂ ਪੰਜਾਬੀ ਕਹਿੰਦੇ ਹਾਂ ਪਹਿਲੀਆਂ ਦੇ ਵਿੱਚ ਜਿਹੜੇ ਆਪਣੇ ਲੋਕ ਇੱਥੇ ਆਏ ਹੋ ਸੀਗੇ ਉਹ ਮੈਜੋਰਿਟੀ ਉਹਨਾਂ ਦੇ ਵਿੱਚੋਂ ਆਪਣੇ ਸਿੱਖ ਸੀਗੇ ਜਿਨ੍ਹਾਂ ਦੇ ਵਿੱਚੋਂ ਬਾਹਲੇ ਲੋਕ ਫੌਜ ਵਿੱਚੋਂ ਆਏ ਸੀਗੇ ਬਾਹਰਲਿਆਂ ਏਸ਼ੀਆ ਦੇ ਕਈਆਂ ਮੁਲਕਾਂ ਦੇ ਵਿੱਚ ਉੱਥੇ ਨੌਕਰੀ ਵਗੈਰਾ ਕਰਦੇ ਆਏ ਸੀ ਫੌਜ ਵਿੱਚੋਂ ਆਏ ਸੀ ਉਹ ਥੋੜ੍ਹਾ ਜਿਹਾ ਉਹਨੂੰ ਸਿਖਾਲਾ ਸੀਗਾ ਅਤੇ ਕੌਣ ਹੈ ਉਹਨਾਂ ਦੇ ਵਿੱਚ ਕੁਛ ਲੋਕ ਦੂਜੇ ਧਰਮਾਂ ਨੂੰ ਬਿਲੋਂਗ ਕਰਦੇ ਸੀ ਹਿੰਦੂ ਸੀ ਮੁਸਲਮਾਨ ਸੀਗੇ ਪਰ ਬਹੁਤ ਥੋੜ੍ਹੇ ਮਜੋਰਟੀ ਸਿੱਖ ਸੀਗੇ ਹੁਣ ਸਿਚੁਏਸ਼ਨ ਉਹਦੇ ਨਾਲ ਬਹੁਤ ਚੇਂਜ ਹੋ ਚੁੱਕੀ ਆ ਹੁਣ ਪਾਕਿਸਤਾਨ ਦੇ ਵਿੱਚੋਂ ਕਾਫੀ ਲੋਕ ਇੱਥੇ ਆਏ ਹੋਆ ਪੰਜਾਬ ਦੇ ਵਿੱਚੋਂ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਬਹੁਤ ਲੋਕ ਇੱਥੇ ਆਏ ਹੋਆ ਅਤੇ ਉਹਦੇ ਨਾਲ ਹੀ ਜਿਹੜੀ ਆਪਣੀ ਕਮਿਊਨਿਟੀ ਇੱਥੇ ਡਿਵੈਲਪਮੈਂਟ ਦੇ ਥਰੂ ਗਈ ਆ ਪਿਛਲੇ ਸਮੇਂ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੇ ਲੋਕ ਇੱਥੇ ਦੇ ਜੰਮੇ ਪਲੇ ਵੀ ਹੁਣ ਹੈਗੇ ਆ ਜਾਂ ਮਤਲਬ ਉਹ ਐਵਰੀ ਡੇ ਉਹਨਾਂ ਦਾ ਵਾਧਾ ਹੋ ਰਿਹਾ ਔਰ ਉਹ ਕੀ ਅਸੀਂ ਉਹਨਾਂ ਨੂੰ ਪੰਜਾਬੀ ਕਹਾਂਗੇ ਸਾਡੇ ਜਿਹੜੇ ਬੱਚੇ ਆ ਜੇ ਅਸੀਂ ਪੰਜਾਬੀ ਬੋਲਣ ਵਾਲੇ ਨੂੰ ਪੰਜਾਬੀ ਕਹਿੰਦੇ ਹਾਂ ਜਿੱਦਾਂ ਪਹਿਲਾਂ ਵੀ ਗੱਲ ਚੱਲਦੀ ਸੀਗੀ ਵੀ ਕਿੱਦਾਂ ਤੁਸੀਂ ਕਿਹਨੂੰ ਪੰਜਾਬੀ ਕਹੋਗੇ ਉਹਨਾਂ ਵਿੱਚ ਕਾਫੀ ਲੋਕ ਆ ਜਿਹੜੇ ਤੁਸੀਂ ਜਿਹੜੀ ਆਪਣੀ ਪਹਿਲੇ ਇੱਥੇ ਫੈਮਲੀ ਆਈਆਂ ਸੀਗੀਆਂ ਉਹਨਾਂ ਦੇ ਕਈ ਜਿਹੜੇ ਇੱਥੋਂ ਦੇ ਜੰਪਲ ਬੱਚੇ ਹੁਣ ਜਿਹੜੇ ਉਹਨਾਂ ਦੇ ਮਿਡ 30s ਜਾਂ 40s ਹੈਗੇ ਆ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ ਉਹਨਾਂ ਨੂੰ ਮਿਲੋ ਤਾਂ ਤੁਹਾਡੇ ਲਈ ਮੁਸ਼ਕਿਲ ਹੋ ਜਾਂਦਾ ਵੀ ਤੁਸੀਂ ਕਿ ਉਹਨਾਂ ਨੂੰ ਪੰਜਾਬੀ ਕਹੋਗੇ ਉਹ ਪੰਜਾਬੀ ਬੋਲ ਨਹੀਂ ਸਕਦੇ ਥੋੜ੍ਹੀ ਵਾਰੀ ਸਮਝਦੇ ਆ ਉਹਨਾਂ ਦੀ ਹਰ ਆਦਤ ਆ ਜਿਹੜੀ ਉਹ ਬਿਲਕੁਲ ਇੱਥੋਂ ਦੇ ਕੈਨੇਡੀਅਨ ਆ ਕਦੀ ਕਦੀ ਗੁਰਦੁਆਰੇ ਜ਼ਰੂਰ ਚਲੇ ਜਾਂਦੇ ਆ ਕਿਉਂਕਿ ਉਹਨਾਂ ਦਾ ਮਤਲਬ ਸੰਬੰਧ ਰਿਹਾ ਉਸ ਦੇ ਨਾਲ ਪਰ ਉਹ ਕੁਛ ਸਮਝਦੇ ਨਹੀਂ ਹੈ ਉੱਥੇ ਕੀ ਹੋ ਰਿਹਾ ਨਾ ਉਹਨਾਂ ਨੂੰ ਬੜੀ ਪਰਵਾਹ ਹੈ ਇਸ ਗੱਲ ਦੀ ਤੁਸੀਂ ਫਿਰ ਕਿਵੇਂ ਉਹਨਾਂ ਨੂੰ ਡਿਫਾਈਨ ਕਰੋਗੇ ਕਿ ਉਹ ਕੌਣ ਆ ਇਸ ਗੱਲ ਨੇ ਵੀ ਮੈਨੂੰ ਕਾਫੀ ਮੁਸ਼ਕਿਲ ਦਿੱਤੀ ਪਰ ਫਿਰ ਵੀ ਇਹਦੇ ਵਿੱਚੋਂ ਮੈਂ ਆਪਣੀ ਨਿਕਲਣ ਦੀ ਟਰਾਈ ਕੀਤੀ ਕੁਛ ਕਹਿ ਕੇ ਉਹ ਤੁਸੀਂ ਦੇਖਿਆ ਹੋਊਗਾ ਅਤੇ ਹੁਣ ਤੁਸੀਂ ਮੇਰੇ ਹਾਲਾਤ ਨੂੰ ਮੈਨੂੰ ਮੈਂ ਕਿੰਨਾ ਉਹਦੇ 'ਚ ਰਿਹਾ ਅਤੇ ਇਹਦਾ ਮੈਂ ਤਾਂ ਕੁਛ ਇਹਨੂੰ ਆਪਣੇ ਪਰਚੇ ਨੂੰ ਕੁਛ ਥੋੜ੍ਹਾ ਜਿਹਾ ਔਰਗਨਾਈਜ਼ ਕਰਨ ਲਈ ਲਿਖਣ ਲਈ ਸਟਾਰ ਬਣਾਉਣ ਲਈ ਕੋਸ਼ਿਸ਼ ਕੀਤੀ ਪਈ ਜਿਹੜੇ ਵੱਖਰੇ ਵੱਖਰੇ ਪਹਿਲੂ ਹੁੰਦੇ ਆ ਆਪਣੇ ਸੱਭਿਆਚਾਰ ਦੇ ਉਹਨਾਂ ਨੂੰ ਇਕੱਲੇ ਇਕੱਲੇ ਕਰਕੇ ਉਹਨਾਂ ਦੇ ਉੱਤੇ ਵਿਚਾਰ ਕੀਤੀ ਜਾਵੇ ਅਤੇ ਪਹਿਲੀ ਤਾਂ ਗੱਲ ਜਿਹੜੀ ਮੇਰਾ ਖਿਆਲ ਮੈਂ ਥੋੜ੍ਹਾ ਜਿਹਾ ਬੈਕ ਜਾਣਾ ਚਾਹੁੰਦਾ ਪਿੱਛੇ ਉਹ ਪਰਿਭਾਸ਼ਾ ਦੇ ਸੰਬੰਧ ਵਿੱਚ ਕਈ ਵਾਰੀ ਆਪਾਂ ਇੱਦਾਂ ਮਹਿਸੂਸ ਕਰਦੇ ਹਾਂ ਵੀ ਜਿਹੜੇ ਆਪਣੇ ਸਾਹਿਤਕ ਜਾਂ ਸੱਭਿਆਚਾਰਕ ਸਰਗਰਮੀਆਂ ਹੁੰਦੀਆਂ ਜਿਹੜੇ ਸੱਭਿਆਚਾਰਕ ਆਪਾਂ ਸਰਗਰਮੀਆਂ ਕਹਿੰਦੇ ਹਾਂ ਅਤੇ ਜਿਵੇਂ ਪਰਫੋਰਮਿੰਗ ਆਰਟਸ ਹੈਗੇ ਆ ਉਹਨਾਂ ਨੂੰ ਹੀ ਆਪਾਂ ਅਚੇਤ ਜਾਂ ਅਚੇਤ ਸੱਭਿਆਚਾਰ ਸਮਝ ਲੈਂਦੇ ਹਾਂ ਅਤੇ ਕਈ ਵਾਰੀ ਆਪਾਂ ਧਰਮ ਨੂੰ ਹੀ ਸੱਭਿਆਚਾਰ ਸਮਝ ਲੈਂਦੇ ਹਾਂ ਕਈ ਵਾਰੀ ਬੋਲੀ ਵੀ ਪਰ ਜਿਵੇਂ ਮੈਂ ਇਹਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਸੱਭਿਆਚਾਰ ਜਿਹੜਾ ਉਹ ਸਿਰਫ ਸੱਭਿਆਚਾਰ ਜਿਹੜੀਆਂ ਸਰਗਰਮੀਆਂ ਉਹ ਜਾਂ ਧਰਮ ਜਾਂ ਬੋਲੀ ਨਹੀਂ ਹੈ ਉਹ ਸਭ ਪਾਸੇ ਦਾ ਜਿਹੜਾ ਮਿਲ ਕੇ ਬਣਦਾ ਉਹ ਇਹਨਾਂ ਇਕੱਲੀਆਂ ਇਕੱਲੀਆਂ ਚੀਜ਼ਾਂ ਤੋਂ ਬਹੁਤ ਬੜਾ ਸੰਕਲਪ ਹੈਗਾ ਸੱਭਿਆਚਾਰ ਅਤੇ ਉਹ ਗਾਹਾਂ ਫਿਰ ਜਾ ਕੇ ਮੈਂ ਇਹਨਾਂ ਨੂੰ ਕੀਤਾ ਇਕੱਲੇ ਇਕੱਲੇ 'ਚ ਰੱਖ ਕੇ ਪਹਿਲਾਂ ਮੈਂ ਮਤਲਬ ਆਪਣੇ ਲੋਕਾਂ ਦੇ ਕਿੱਤਿਆਂ ਬਾਰੇ ਗੱਲ ਕੀਤੀ ਹੈਗੀ ਆ ਅਤੇ ਪਹਿਲੀਆਂ 'ਚ ਇੱਥੇ ਆਏ ਲੋਕ
ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੰਮਾਂ ਕਾਰਾਂ ਦੇ ਸੰਬੰਧ ਦੇ ਵਿੱਚ, ਸਭ ਕਾਸੇ ਰਹਿਣ ਸਹਿਣ ਦੇ ਵਿੱਚ। ਅਤੇ ਉਹਨਾਂ ਦੀ ਜਿਹੜੀ ਪਹਿਲਾਂ ਉਹਨਾਂ ਨੂੰ ਜਿਵੇਂ ਮਤਲਬ ਲਿਖਿਆ ਵੀ ਹੈਗਾ, ਡਾਕੂਮੈਂਟ ਲਿਆ, ਜਾਂ ਉੱਦਾਂ ਵੀ ਕਈ ਬਜ਼ੁਰਗਾਂ ਨੇ ਜਿਹਨਾਂ ਦੀਆਂ ਮੈਂ ਗੱਲਾਂ ਸੁਣੀਆਂ, ਉਹ ਤੋਂ ਇਹ ਪਤਾ ਲੱਗਦਾ ਵੀ ਕੋਟ ਮੋਟੀ ਦੀ ਇੱਕ ਮਿਲ ਦੇ ਮੈਨੇਜਰ ਨੇ ਜਾਂ ਮਾਲਕ ਨੇ ਆਪਣੇ ਕੁਛ ਇੱਕ ਬੰਦਿਆਂ ਨੂੰ ਮਿਲ ਦੇ ਵਿੱਚ ਕੰਮ ਦੇ ਦਿੱਤਾ। ਅਤੇ ਉਹ ਆਪਣੇ ਬੰਦੇ ਪਿੱਛੇ ਵੀ ਕਾਫੀ ਮਤਲਬ ਮੁਸ਼ਕਿਲ ਹਾਲਾਤਾਂ ਵਿੱਚ ਲੰਘ ਆਏ ਸੀ, ਤਕੜੇ ਸੀ, ਡਿਟਰਮਿਨਡ ਸੀ ਉਹਨਾਂ ਨੂੰ, ਮਤਲਬ ਬੜੇ ਸ਼ਿੱਦਤ ਵਾਲੇ ਸੀ, ਜਿਹੜੇ ਵੀ ਸਿਰੜੀ ਸੀ। ਉਹ ਜਦੋਂ ਫੱਟੇ ਖਿੱਚਣ ਦੇ ਕੰਮ ਨੂੰ ਪਏ ਤਾਂ ਉਹਨਾਂ ਨੇ ਫਿਰ ਧੂਣਾ ਪੱਟ ਦਿੱਤੀਆਂ ਮਤਲਬ ਆਪਣੇ ਵੱਲੋਂ, ਔਰ ਉਹਨਾਂ ਦੀ ਫੱਟੇ ਖਿੱਚ ਸਕਣ ਦੀ ਯੋਗਤਾ ਵੀ ਗੱਲਬਾਤ ਬਹੁਤ ਛੇਤੀ ਆਲੇ ਦੁਆਲੇ ਸਾਰੇ ਫੈਲ ਗਏ। ਅਤੇ ਉਹਨਾਂ ਨੂੰ ਮਿੱਲਾਂ ਦੇ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ। ਪਰ ਨਾਲੇ ਉਹਦੇ ਇੱਕ ਹੋਰ ਵੀ ਫੈਕਟਰ ਸੀਗਾ, ਉਹ ਇਹ ਵੀ ਗੋਰਿਆਂ ਨੂੰ ਜਾਂ ਮਿੱਲਾਂ ਵਾਲਿਆਂ ਨੂੰ ਇੱਕ ਹੋਰ ਚੀਪ ਲੇਬਰ ਮਿਲ ਗਈ, ਜਿਹੜੀ ਜਿਹੜੇ ਏਸ਼ੀਆ 'ਚੋਂ ਦੂਜੇ ਲੋਕ ਆਏ ਸੀ ਜਾਂ ਕੋਈ ਹੋਰ ਨੌਨ ਵਾਈਟ ਇੱਥੇ ਸੀਗੇ, ਉਹ ਉਹਨਾਂ ਨੂੰ ਥੋੜ੍ਹੀ ਤਨਖਾਹ ਦਿੰਦੇ ਸੀਗੇ, ਅਤੇ ਜਿਹੜੇ ਗੋਰੇ ਮਜ਼ਦੂਰ ਸੀਗੇ ਉਹਨਾਂ ਨੂੰ ਉਹ ਜ਼ਿਆਦਾ ਉਹਨਾਂ ਨੂੰ ਤਨਖਾਹ ਦੇਣੀ ਪੈਂਦੀ ਸੀ। ਅਤੇ ਆਪਣੇ ਲੋਕਾਂ ਨੂੰ ਵੀ ਉਹਨਾਂ ਨੇ ਥੋੜ੍ਹੀ ਤਨਖਾਹ ਦੇ ਉੱਤੇ ਕੰਮ ਦੇਣਾ ਸ਼ੁਰੂ ਕਰ ਦਿੱਤਾ। ਅਤੇ ਉਹਦੇ ਨਾਲ ਰੇਸਿਜ਼ਮ ਦਾ ਵੀ ਉਹਦੇ ਨਾਲ ਫਰਕ ਪੈਣਾ ਸੀਗਾ, ਮਤਲਬ ਸਟ੍ਰਾਈਕਾਂ ਤੋੜਨ ਲਈ ਆਪਣੇ ਲੋਕਾਂ ਨੇ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਕਿਸਮ ਦੀ ਹਾਲਤ ਸੀਗੀ। ਅਤੇ ਕੰਮ ਆਪਣੇ ਬੰਦਿਆਂ ਨੂੰ ਮਿੱਲਾਂ 'ਚ ਜਾਂ ਫਾਰਮਾਂ ਦੇ ਵਿੱਚ ਉਦੋਂ ਮਿਲਦਾ ਸੀਗਾ, ਜਾਂ ਕੁਛ ਲੋਕ ਲੱਕੜੀ ਵੇਚਦੇ ਸੀਗੇ ਪਹਿਲਾਂ, ਜਦੋਂ ਅਜੇ ਇੰਨੇ ਟਰੱਕ ਟਰੁੱਕ ਨਹੀਂ ਸੀ ਹੁੰਦੇ, ਘੋੜਾ ਗੱਡੀਆਂ ਲੈ ਕੇ ਉਹਨਾਂ ਨੇ ਸ਼ਹਿਰਾਂ ਦੇ ਵਿੱਚ ਜਾ ਕੇ ਲੱਕੜੀ ਵੇਚਣੀ। ਅਤੇ ਪਰ ਮੇਨ ਕੰਮ ਲੱਕੜੀ ਦੇ ਨਾਲ ਸੰਬੰਧਿਤ ਰਹਿ ਗਿਆ ਉਹਨਾਂ ਦਾ। ਉਹ ਆਪ ਵੀ ਇੱਧਰ ਜ਼ਿਆਦਾ ਇੰਟਰਸਟ ਸੀਗੇ ਕਿ ਉਹਦੇ 'ਚ ਤਨਖਾਹਾਂ ਜ਼ਿਆਦਾ ਸੀ, ਸਪੈਸ਼ਲੀ ਜਦੋਂ ਦੂਜੀ ਲੜਾਈ ਦੇ ਦੌਰਾਨ ਮਿੱਲਾਂ ਦੇ ਵਿੱਚ ਯੂਨੀਅਨ ਬਣ ਗਏ, IWA ਬਣ ਗਏ, ਉਦੋਂ ਤਨਖਾਹਾਂ ਕਾਫੀ ਵੱਧ ਗਈਆਂ। ਅਤੇ ਉਹਦੇ ਨਾਲ ਫਿਰ ਇੱਕ ਤਰ੍ਹਾਂ ਆਪਣੇ ਲੋਕ ਪਹਿਲਾਂ ਵੀ ਉੱਥੋਂ ਸੀਗੇ, ਉਹ ਫੈਟ ਜਿਹਾ ਹੋਇਆ ਉਸ ਚੀਜ਼ ਦੇ ਵਿੱਚ। ਅਤੇ ਉਹਦਾ ਮੈਂ ਮਤਲਬ ਇਹਦੇ 'ਚ ਕਹਿਣ ਦੀ ਕੋਸ਼ਿਸ਼ ਕੀਤੀ, ਉਹਦਾ ਇੱਕ ਨੈਗੇਟਿਵ ਅਸਰ ਇਹ ਹੋਇਆ ਵੀ ਲੋਕਾਂ ਨੇ ਹੋਰ ਕਿਸਮ ਦੇ ਕੰਮ ਸਿੱਖਣੇ ਜਾਂ ਪੜ੍ਹਨਾ, ਉਹਦੇ ਵੱਲ ਬਹੁਤ ਧਿਆਨ ਦਿੱਤਾ, ਕਿਉਂਕਿ ਮਿੱਲਾਂ ਦੇ ਵਿੱਚ ਬਿਨਾਂ ਇਹ ਪੜ੍ਹਨ ਪੁੜਨ ਤੋਂ ਸਾਨੂੰ ਬਿਨਾਂ ਬੋਲੀ ਤੋਂ ਵੀ ਕੰਮ ਮਿਲ ਜਾਂਦਾ ਸੀਗਾ, ਕਿ ਉਹ ਐਜੂਕੇਸ਼ਨ ਦੀ ਇੱਕ ਤਰ੍ਹਾਂ ਲੋੜ ਉਹਨਾਂ ਨੂੰ ਘੱਟ ਜਾਪਣ ਲੱਗ ਪਈ। ਮੇਰਾ ਖਿਆਲ ਮੈਂ ਸਾਰੇ ਇਕੱਲੇ ਇਕੱਲੇ ਦੇ ਵਿਸਥਾਰ 'ਚ ਤਾਂ ਨਹੀਂ ਜਾ ਸਕਦਾ, ਤੁਸੀਂ ਤਕਰੀਬਨ ਪੜ੍ਹਿਆ ਹੋਣਾ ਸਾਰਿਆਂ ਨੇ। ਅਤੇ ਹੁਣ ਦੇ ਜਿਹੜੇ ਕਿੱਤਿਆਂ ਦੀ ਹਾਲਤ ਹੈਗੀ ਆ, ਉਹ ਪਹਿਲਾਂ ਨਾਲੋਂ ਕਾਫੀ ਵੱਖਰੀ ਆ। ਅਤੇ ਉਹਦੇ 'ਚ ਜਿਹੜੀ ਇੱਕ ਹੁਣ ਦੇ ਜਿਹੜੇ ਕਿੱਤਿਆਂ ਦੀ ਮੈਂ ਡਿਸਕਸ ਕੀਤਾ, ਉਹਦੇ ਵਿੱਚ ਮੈਂ ਜਿਹੜੀ ਮੇਨ ਚੀਜ਼ ਮਹਿਸੂਸ ਕੀਤੀ ਆ, ਉਹਦੇ ਵਿੱਚ ਆਪਣੇ ਲੋਕ ਇਹ ਥੋੜ੍ਹਾ ਜਿਹਾ ਬੜਾ ਮਤਲਬ ਇੱਕ ਪ੍ਰੋਬਲਮ ਹੈਗੀ ਆ ਵੀ ਜਿਹੜੀ ਇੱਥੋਂ ਦੀ ਜਿਹੜੀ ਢਾਂਚਾ ਆ ਇਹ ਇੱਕ ਤਰ੍ਹਾਂ ਆਪਣੇ ਲੋਕਾਂ ਨੂੰ ਆਪਣੇ ਲੋਕਾਂ 'ਤੇ ਐਕਸਪਲੋਇਟ ਕਰਨ ਲਈ ਮਜਬੂਰ ਕਰ ਦਿੰਦਾ। ਉਸ ਕਿਸਮ ਦੀਆਂ ਆਪਾਂ ਨੌਕਰੀਆਂ ਮਿਲਦੀਆਂ ਜਾਂ ਜਿਹੜੇ ਕਈ ਕੰਮ ਆ ਉਹ ਆਪਣੇ ਲੋਕਾਂ ਦੇ ਰਾਹੀਂ ਠੇਕੇਦਾਰੀ ਦੇ ਨਾਲ ਜਾਂ ਹੋਰ ਤਰ੍ਹਾਂ ਮਿਲਦੇ ਆ, ਉਹ ਸਿੱਧੇ ਤੌਰ 'ਤੇ ਆਪਾਂ ਨੂੰ ਐਕਸਪਲੋਇਟ ਨਹੀਂ ਕਰਦੇ ਹੈ। ਐਕਸਪਲੋਇਟ ਉੱਥੋਂ ਦੀ ਜਿਹੜੀ ਮੇਨ ਬੁਰਜੁਆਜ਼ੀ ਆ ਉਹ ਹੀ ਕਰਦੀ ਆ, ਪਰ ਹੁੰਦਾ ਕੰਮ ਆਪਣੇ ਲੋਕਾਂ ਦੇ ਥਰੂ ਆ। ਇਸ ਕਰਕੇ ਮੈਂ ਇਹਦੇ ਵਿੱਚ ਇਹ ਕਿਹਾ ਸ਼ਾਇਦ ਕੁਛ ਲੋਕਾਂ ਨੂੰ ਥੋੜ੍ਹਾ ਜਿਹਾ ਗਲਤ ਵੀ ਲੱਗੇ, ਪਰ ਆਪਣੀ ਜਿਹੜੀ ਕਿੱਤੇ ਦੇ ਸੰਬੰਧ ਦੇ ਵਿੱਚ ਆਪਣੇ ਕਾਫੀ ਲੋਕਾਂ ਦੀ ਲੁੱਟ ਸੁੱਟ ਜਿਹੜੀ ਆਪਣੇ ਲੋਕਾਂ ਦੇ ਹੱਥੀ ਹੋ ਰਹੀ ਆ। ਉਹ ਤੋਂ ਅੱਗੇ ਮੈਂ ਬੋਲੀ ਦੀ ਗੱਲ ਕੀਤੀ ਆ, ਉਹ ਆਪਾਂ ਪਹਿਲਾਂ ਵੀ ਕਾਫੀ ਡਿਸਕਸ ਕਰ ਚੁੱਕੇ ਹਾਂ ਅੱਜ। ਅਤੇ ਉਹਦੇ ਵਿੱਚ ਮੈਂ ਬੇਸਿਕਲੀ ਜੋ ਕੁਛ ਮੇਰਾ ਖਿਆਲ ਉਹਨਾਂ ਦੇ ਪੇਪਰ ਸੀਗਾ ਉਸੇ ਕਿਸਮ ਦੀ ਗੱਲ ਥੋੜ੍ਹੇ ਬਹੁਤ ਫਰਕ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਆ। ਉਹਦੇ ਨਾਲ ਕੋਈ ਉਹਦੇ 'ਚ ਕੀ ਇੱਡੀ ਮੇਰਾ ਖਿਆਲ ਕੋਈ ਨਵੀਂ ਗੱਲ ਨਹੀਂ ਹੈ ਮੈਂ ਕਹੀ, ਉਦੋਂ ਤਾਂ ਇਹਨਾਂ ਕਿਸੇ ਚੀਜ਼ ਦੇ ਵਿੱਚ ਵੀ ਮੈਂ ਕੋਈ ਨਵੀਂ ਗੱਲ ਨਹੀਂ ਕਹੀ ਹੈ। ਸਾਰੇ ਗੱਲਾਂ ਸਾਰੇ ਤਕਰੀਬਨ ਲੋਕ ਜਾਣਦੇ ਹੈਗੇ ਆ, ਮੈਂ ਇੱਥੇ ਇਕੱਠੀਆਂ ਕਰ ਦਿੱਤੀਆਂ ਮੇਰੇ ਖਿਆਲ ਦੇ। ਧਰਮ ਨੂੰ ਬਹੁਤ ਮਹੱਤਵਪੂਰਨ ਚੀਜ਼ ਹੁੰਦੀ ਆ, ਮਤਲਬ ਕਿਸੇ ਵੀ ਕਮਿਊਨਿਟੀ ਲਈ ਸਾਡੀ ਲਈ ਵੀ ਆ, ਪਹਿਲਾਂ ਤੋਂ ਰਹੀ ਆ। ਧਾਰਮਿਕ ਕੇਂਦਰ ਹੈ ਸਾਡੀ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਰੋਲ ਨਿਭਾਇਆ ਅਤੇ ਹੁਣ ਵੀ ਨਿਭਾ ਰਿਹਾ, ਜਿੱਦਾਂ ਦਾ ਵੀ ਉਹ ਨੈਗੇਟਿਵ ਪੋਜ਼ੀਟਿਵ ਵਟਐਵਰ, ਹਜੇ ਵੀ ਉਹਨਾਂ ਦਾ ਰੋਲ ਜਿਹੜਾ ਉਹ ਕਿਸ ਤਰ੍ਹਾਂ ਘਟਿਆ ਨਹੀਂ ਹੈ ਕਮਿਊਨਿਟੀ ਦੇ ਵਿੱਚ। ਧਰਮ ਦੇ ਸੰਬੰਧ ਵਿੱਚ ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਇੱਕ ਇਹਦਾ ਜਿਹੜਾ ਇਫੈਕਟ ਇੱਥੇ ਪੈ ਰਿਹਾ, ਅਸਰ ਪੈ ਰਿਹਾ, ਉਹ ਆਪਣੇ ਪੰਜਾਬੀ ਲੋਕਾਂ ਦੇ ਵਿੱਚ, ਪੰਜਾਬੀ ਲੋਕ ਜਦੋਂ ਆਪਾਂ ਸਾਰਿਆਂ ਨੂੰ ਦੇਖੀਏ, ਹਿੰਦੂ, ਸਿੱਖ, ਮੁਸਲਮਾਨ, ਉਹਨਾਂ 'ਚ ਇੱਕ ਤਰ੍ਹਾਂ ਇਹ ਧਰਮ ਨੂੰ ਉਹਨਾਂ ਨੂੰ ਪਾੜਨ ਦੇ ਵਿੱਚ ਕਾਮਯਾਬ ਹੁੰਦਾ ਹੈ। ਇੱਕ ਤਾਂ ਹੁਣ ਜੋ ਕੁਛ ਰੀਸੈਂਟ ਡਿਵੈਲਪਮੈਂਟ ਹੈਗੀ ਆ ਉਹਦੇ ਰਾਹੀਂ, ਪਰ ਉੱਦਾਂ ਜਨਰਲੀ ਵੀ ਇਹ ਗੱਲ ਨਾ ਵੀ ਹੋਵੇ।